ਹਾਂਜੀ ਦੋਸਤੋ, ਕੀ ਹਾਲ ਚਾਲ ਮਿੱਤਰੋ, ਮੈਂ ਕਲੇਅਰ, ਤੁਸੀਂ ਦੇਖ ਰਹੇ ਹੋ ਕਲੇਅਰ ਵਾਈਟੀ ਅਤੇ FS22 ਇੱਕ ਹੋਰ ਘੈਂਟ ਜੀ ਨਵੀਂ ਵੀਡੀਓ, ਫਿਰ ਤੋਂ ਵੈਲਕਮ ਕਰਦੇ ਹਾਂ ਸਾਰਿਆਂ ਦਾ। ਪਿਛਲੀ ਵੀਡੀਓ ਸਾਰਿਆਂ ਨੇ ਦੇਖੀ ਹੋਊਗੀ, ਬਾਈ ਜੀ ਜਿਹਨੇ ਜਿਹਨੇ ਨਹੀਂ ਦੇਖੀ ਦੇਖਿਓ ਜ਼ਰੂਰ ਸਾਰੇ ਜਣੇ, ਠੀਕ ਹੈ। ਅਤੇ ਅੱਜ ਕਹਿੰਦੇ ਕੰਮ ਕਰਨਾ ਕੀ ਹੈ ਜੀ, ਅੱਜ ਆਪਾਂ ਨਵੇਂ ਫਾਰਮ 'ਤੇ ਆਪਣੇ, ਠੀਕ ਹੈ। ਅਤੇ ਅਰਜਨ 605 4x4 ਇਹਦਾ ਲਿੰਕ ਬਿਲਕੁਲ ਫ੍ਰੀ ਆ ਚੁੱਕਿਆ, ਠੀਕ ਹੈ। ਧਾਲੀਵਾਲ ਬਾਈ ਦੇ ਚੈਨਲ 'ਤੇ ਜਾ ਕੇ ਦੇਖ ਲਿਓ, ਡਿਸਕ੍ਰਿਪਸ਼ਨ 'ਚ ਤੁਹਾਨੂੰ ਡੈਵਲ ਗਰੁੱਪ ਚੈਨਲ ਦਾ ਲਿੰਕ ਦੇ ਦਿਆਂਗੇ, ਠੀਕ ਹੈ। ਅਤੇ ਉੱਥੇ ਜਾਓ, ਬਾਈ ਦੇ ਚੈਨਲ 'ਤੇ ਵੀਡੀਓ ਦੇਖੋ, ਇਹ ਟਰੈਕਟਰ ਡਾਊਨਲੋਡ ਕਰੋ ਅਤੇ ਖੇਡੋ, ਕੋਈ ਚੱਕਰ ਨਹੀਂ FS22 ਵਾਸਤੇ, ਠੀਕ ਹੈ। ਅਤੇ ਅੱਜ ਆਪਾਂ ਨਵੇਂ ਫਾਰਮ 'ਤੇ ਕੰਮ ਕਿੰਨਾ ਕਰਨਾ, ਇਹ ਟਰੈਕਟਰ ਚਲਾਉਣਾ। ਪਹਿਲਾਂ ਆਪਾਂ ਵੱਢਣੀ ਹੈ ਕਣਕ, ਅਤੇ ਉਸ ਤੋਂ ਬਾਅਦ ਆਪਾਂ ਪੈਲੀ ਵਾਹਵਾਂਗੇ, ਠੀਕ ਹੈ। ਆਪਣੀ ਹਿੰਦ ਕੰਪਾਈਨ ਖੜ੍ਹੀ ਹੈ, ਬਾਕੀ ਵੀਡੀਓ ਵਧੀਆ ਲੱਗਦੀ ਹੋਵੇ ਲਾਈਕ ਜ਼ਰੂਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਗੇਟ ਕਟਰ ਲੰਘ ਪਏਗਾ ਨਾ, ਲੰਘ ਜਾਏਗਾ ਵੀ, ਲੰਘ ਜਾਏਗਾ, ਕੋਈ ਚੱਕਰ ਨਹੀਂ। ਇਹ ਥੋੜ੍ਹੀ ਜਿਹੀ ਪਿਛੇਤਰੀ ਲਾਈ ਸੀ ਕਣਕ ਇਹਨਾਂ ਨੇ, ਮਸ਼ੀਨ ਤਾਂ ਸਿਰਾ ਲਾਉਂਦੀ ਹੈ। ਲਾਈਕ ਕਰਿਓ ਮਿੱਤਰੋ, ਵੀਡੀਓ ਨੂੰ ਲਾਈਕ ਕਰਿਆ ਕਰੋ, ਅੱਜ ਕੱਲ੍ਹ ਤੁਸੀਂ ਲਾਈਕ ਬਹੁਤ ਘੱਟ ਕਰਦੇ ਹੋ, ਠੀਕ ਹੈ। ਅਤੇ ਵੀਡੀਓ ਕੰਪਲੀਟ ਵੇਖਿਆ ਕਰੋ ਮੇਰਾ ਵੀਰ, ਸਾਰੇ ਜਣੇ, ਇਹ ਨਾ ਹੋਵੇ ਵੀ ਇੱਕ ਅੱਧੇ ਮਿੰਟ ਦੀ ਵੀਡੀਓ ਦੇਖ ਕੇ ਨਾ ਜਾਇਆ ਕਰੋ। ਆਪਾਂ ਘੈਂਟ ਘੈਂਟ ਵੀਡੀਓ ਬਣਾਉਂਦੇ ਹਾਂ, ਘੈਂਟ ਘੈਂਟ ਹੁਣ ਚੀਜ਼ਾਂ ਲੈ ਕੇ ਜੀ ਤੁਹਾਡੇ ਚ, ਜਗ੍ਹਾ ਥੋੜ੍ਹੀ ਹੈ, ਕੋਈ ਚੱਕਰ ਨਹੀਂ, ਕੰਮ ਮਿੰਟੋ ਮਿੰਟ ਹੀ ਨਿਬੜ ਜੂਗਾ ਆਪਣਾ। ਬੱਲੇ ਬੱਲੇ ਮਸ਼ੀਨ ਦਾ ਤੁਸੀਂ, ਮੈਂ ਕਿਹੜਾ ਸਿਰਾ ਦੇਖੋ ਲਓ, ਬਾਕੀ ਮੈਪ ਕਹਿੰਦੇ ਬਹੁਤ ਸੋਹਣਾ ਪਿਆਰਾ ਜਿਹਾ ਮੈਪ ਆ, ਇਹ ਨਿੱਕਾ ਜਿਹਾ ਪਹਿਲਾਂ ਛੋਟਾ ਹੁੰਦਾ ਸੀ, ਹੁਣ ਤਾਂ ਸੁੱਖ ਨਾਲ ਕਾਫੀ ਵੱਡਾ ਹੋ ਗਿਆ ਹੈ। ਇੱਧਰੋਂ ਵੜਦੀ ਹੈ ਪਹਿਲਾਂ ਦੋ ਕੁ ਗੇੜੇ ਨਾ, ਹੋਰ ਨਵੇਂ ਘੈਂਟ ਲੱਗੇ ਹੋਏ ਆ,
ਬਾਕੀ ਯਾਰ ਮੈਂ ਪੁੱਛਿਆ ਸੀ ਵੀ ਰੈਂਚ ਸਿਮੂਲੇਟਰ ਆਪਾਂ ਖੇਡੀਏ ਜਾਂ ਨਾ ਖੇਡੀਏ, ਤੁਸੀਂ ਇੱਕ ਵੀ ਕਮੈਂਟ ਨਹੀਂ ਆਇਆ। ਠੀਕ ਹੈ, ਐਂ ਤਾਂ ਨਾ ਕਰਿਆ ਕਰੋ, ਹਾਂ ਨਾ ਤਾਂ ਜਵਾਬ ਦੇ ਦਿਓ ਨਾ, ਖੇਡੀਏ ਨਾ ਖੇਡੀਏ ਕਿਵੇਂ, ਕੀ ਇੱਛਾ ਤੁਹਾਡੀ। ਹੁਣ ਆਪਾਂ ਲੈ ਜਾਈਏ ਟਰੈਕਟਰ ਟਰਾਲੀ ਪਾ ਰਹੀ ਹੈ ਮਗਰ, ਠੀਕ ਹੈ ਕੰਧਾ ਆਵਾਂ ਦੀ ਹਵਾ ਬਣ ਕੇ ਕੰਧਾ ਕੋਠੇ ਟੱਪ ਗਈ। ਲੈ ਮਿੱਤਰੋ ਇਹ ਟਰੈਕਟਰ ਤਾਂ ਹਾਲੇ ਆਪਾਂ 4x4 ਸਿਸਟਮ ਬੰਦ ਕੀਤਾ ਹੋਇਆ, ਠੀਕ ਹੈ ਜਦੋਂ ਮਰਜ਼ੀ ਆਪਾਂ ਔਨ ਕਰ ਸਕਦੇ ਹਾਂ, ਕੋਈ ਚੱਕਰ ਨਹੀਂ ਹੈਗਾ। ਮਿੱਤਰੋ ਕੰਮ ਹੋ ਗਿਆ, ਟਰਾਲੀ ਇੱਥੇ ਲਾਹ ਦਈ ਆ, ਮੈਂ ਕਹਿੰਦਾ ਹੈਰੋ ਪਾਣੀ ਕਿਉਂ ਮਸ਼ੀਨ ਨੂੰ ਵਾਢੀ ਲੈਣ ਦਈ ਪਹਿਲਾਂ। ਕੰਮ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਜੀ, ਮੈਨੂੰ ਲੇਟ ਲੱਗ ਰਿਹਾ ਕੰਮ ਇਹ ਕਰਦੀ ਹੋਈ, ਵੀ ਲੇਟ ਲੇਟ ਨਿਬੇੜੂਗੀ ਕੰਮ, ਜਾਈ ਜਾਂਦੀ ਹੈ ਜਾਈ ਜਾਂਦੀ। ਆਪਾਂ ਨਾਲ ਨਾਲ ਹੈਰੋ ਪਾਣੀ ਸ਼ੁਰੂ ਕਰ ਦੇਣੇ ਆ ਯਾਰ, ਟਰਾਲੀ ਨੂੰ ਬਾਹਰ ਲਾ ਦੇਣੇ ਆਪਾਂ ਸਾਈਡ 'ਤੇ, ਆਪਣਾ ਹੀ ਰਸਤਾ ਹੈ, ਇੱਕ ਹੀ ਚੱਕਰ ਹੈ। ਇਹ ਸਾਰਾ ਆਪਣਾ ਫਾਰਮ ਹੈ, ਠੀਕ ਹੈ, ਅਤੇ ਹੁਣ ਆਪਾਂ ਇੱਥੇ ਮੱਕੀ ਦਾ ਚਾਰ ਵੀ ਪਾਉਣਾ, ਕਿਉਂਕਿ ਗਾਵਾਂ ਰੱਖਾਂਗੇ ਅਤੇ ਚਾਰ ਪਾਵਾਂਗੇ। ਆਪਾਂ ਕਹਿੰਦੇ ਮੱਕੀ ਖਰੀਦ ਲਈ, ਹੋਈ ਹੈ ਬਾਈ ਹੈਰੋ ਕਿੱਥੇ ਆ ਸਾਡੀ, ਉਹ ਨਹੀਂ ਮਿੱਤਰੋ ਕਹਿੰਦੇ ਕੀ ਹੋਣਾ ਵਧੀਆ। ਬਈ ਦੂਜੇ ਹਾਈ ਚ ਹੈ, ਜਾਂਦਾ ਫਿਰ ਸ਼ੂਟ ਦਾ ਮੈਂ
ਮਿੰਟੋ ਮਿੰਟ ਹੀ ਕੰਮ ਹੋ ਰਹੇ ਨੇ ਬਸ ਸਾਰੇ। ਹੋਏ ਉਹ ਬਈ ਉਹ ਕਿੱਤਲ, ਉਹ ਕਿੱਤਲ ਜਾ ਵੜਿਆ, ਉਹ ਹੱਦਦਾ ਯਾਰ, ਉਹ ਹੱਦਦਾ ਬੰਦੇ ਹੜੀ ਯਾਰ, ਕਮਾਲ ਬਈ ਸੱਚੀ। ਆਪ ਹੀ ਵੜਦੇ ਨੇ ਯਾਰ ਮਿੰਟੋ ਮਿੰਟ ਹੀ, ਕਿੰਨਾ ਕੀ ਚੱਕਰ ਹੈ। ਪਹਿਲੇ ਇੰਨਾ ਟਾਈਮ ਨਹੀਂ ਲੱਗਦੇ ਹੁਣ ਆਪਾਂ, ਸਾਫ ਬਣਾ ਦੇ ਸਾਫ। ਸਿਰਾ ਹੋਣੀ ਚਾਹੁੰਦਾ ਹੈ ਬਾਕੀ ਬਈ, ਵੀਡੀਓ ਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਵੀ ਹਾਂ ਵੀ ਕੰਮ ਓਕੇ ਰਿਪੋਰਟ ਹੈ, ਅਤੇ ਬਈ ਇਹ ਮੈਪ ਬਾਰੇ ਵੀ ਜ਼ਰੂਰ ਦੱਸਿਓ, ਠੀਕ ਹੈ। ਜੇ ਗੂਗਲ 'ਤੇ ਸਰਚ ਕਰਕੇ ਇਹਦੇ ਬਾਰੇ ਯੂਟਿਊਬ 'ਤੇ ਵੀਡੀਓ ਦੇਖਣੀ ਆ, ਦੇਖ ਲਿਓ ਦਾ ਓਲਡ ਸਟ੍ਰੀਮ ਫਾਰਮ, ਠੀਕ ਆ, ਮੈਪ ਦਾ ਨਾਮ ਆ, ਅਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਇਸ 'ਤੇ ਹੀ ਹੋਰ ਵੀਡੀਓ ਬਣਾਈਏ ਆਪਾਂ, ਜਾਂ ਆਪਾਂ ਵਾਪਸ ਆਪਣੇ ਉਸੇ ਮੈਪ 'ਚ ਚੱਲੀਏ ਟਾਲੀਅਨ 'ਚ, ਠੀਕ ਹੈ। ਆਪਾਂ ਪਾਈਏ ਪੈੜੀ, ਲੈ ਹੁਣ ਰਾਲਾਂ ਸਿੱਧੀਆਂ ਵੱਜਣਗੀਆਂ, ਹੁਣ ਨਹੀਂ ਕੋਈ ਚੱਕਰ। ਮਿੱਤਰੋ 4x4 ਬੰਦ ਸਿਸਟਮ ਹੈ, ਇੱਕ ਮਿੰਟ ਚਲਾ ਕੇ ਵੀ ਚੈੱਕ ਕਰਾ ਦਿਆਂਗੇ ਤੁਹਾਨੂੰ। ਵੈਸੇ ਤਾਂ 4x4 ਟਰੈਕਟਰ ਦਾ ਇੰਨਾ ਪਤਾ ਨਹੀਂ ਲੱਗਦਾ ਉਹਦਾ ਛੇਤੀ ਕੀ ਕਿਹਾ। ਓਏ ਉਹ ਬਾਈ ਹੈਰੋ ਤੋੜੂ, ਓਏ ਆਊ ਹੌਸਲੇ ਨਾ, ਬਾਈ 4x4 ਲਾ ਕੇ ਨੇ ਉਹਦੇ ਨਾਲ ਹੈਰੋ ਖਿਲਾਰ ਦੇ ਕਿਤੇ, ਐਂ ਚਲਾ ਲਈਏ ਮੈਂ ਕਹਿੰਦਾ। ਬਾਈ ਇਹ ਟਰੈਕਟਰ ਦਾ ਜੇ ਕੋਈ ਪਾਸਵਰਡ ਲੱਗਿਆ ਹੋਇਆ, ਠੀਕ ਹੈ, ਤਾਂ ਉਹ ਧਾਲੀਵਾਲ ਬਾਈ ਦੀ ਜਿਹੜੀ ਤੁਸੀਂ ਵੀਡੀਓ ਦੇਖੋਗੇ ਉਹ ਵੀਡੀਓ ਕੰਪਲੀਟ ਦੇਖਣ 'ਤੇ ਹੀ ਪਾਸਵਰਡ ਮਿਲੂ, ਠੀਕ ਹੈ, ਇਹ ਟਰੈਕਟਰ ਡਾਊਨਲੋਡ ਕਰਨ ਵਾਸਤੇ। ਇਹਦਾ 2x2 ਵਾਲਾ ਵੇਰੀਐਂਟ ਵੀ ਆ ਗਿਆ, ਠੀਕ ਹੈ, ਅਤੇ ਇਹ 4x4 ਵਾਲਾ। ਬਾਕੀ ਕਹਿੰਦੇ ਟਰੈਕਟਰ ਸਿਰਾ ਲਾਇਆ ਜਾਂਦਾ।
ਬਾਕੀ ਤੁਸੀਂ ਵੀ ਦੱਸਿਓ ਜ਼ਰੂਰ ਕਮੈਂਟ ਕਰਕੇ ਬਈ। ਇਹ ਨਾ ਹੈਰੋ ਵੁੱਡ ਜੀ ਇਵੇਂ ਟੱਪਣ ਲੱਗ ਜਾਂਦੀ ਹੈ, ਪਰ ਤਾਂ ਕਰਕੇ ਹੀ ਫੱਟੀ ਦੇ ਹੈਰੋ ਪਾਉਂਦਾ ਇਹ। ਹੁੱਕ ਤੇ ਪਾਈਏ ਨਾ ਫਿਰ ਟਰੈਕਟਰ ਹੈਰੋ ਲੱਗਦੀ ਨਹੀਂ ਸਹੀ ਤਰ੍ਹਾਂ, ਇਵੇਂ ਟਰੈਕਟਰਾਂ ਮਗਰ ਨੱਚਦੀ ਹੈ, ਫੱਟੀ ਮਗਰ ਪਾਈ ਹੋਵੇ ਫਿਰ ਸਹੀ ਰਹਿੰਦੀ ਹੈ। ਧੱਕ ਪਈ ਜਾ ਰਹੀ ਹੈ, ਖੇਤ ਵਾਹਿਆ ਜਾ ਰਿਹਾ। ਅਤੇ ਬਾਕੀ ਬਈ ਇਹ ਚੀਜ਼ ਦਾ ਜ਼ਰੂਰ ਕਮੈਂਟ ਕਰਿਓ, ਦੇਖੋ ਰਿਕੁਐਸਟ ਹੀ ਆ ਭਾਵੇਂ, ਠੀਕ ਹੈ। ਅਤੇ ਬਈ ਇਸ ਮੈਪ 'ਚ ਖੇਡੀਏ ਅਗਰ ਨੈਕਸਟ ਵੀਡੀਓ ਜਾਂ ਦੂਜੇ ਮੈਪ 'ਚ ਆਉਣ, ਕਿਉਂਕਿ ਇਹ ਮੈਨੂੰ ਗ੍ਰਾਫਿਕ ਥੋੜ੍ਹੇ ਜਿਹੇ ਜ਼ਿਆਦਾ ਬੈਟਰ ਲੱਗੇ ਇਸ ਮੈਪ ਦੇ, ਕਿਉਂਕਿ ਸੋਹਣਾ ਜਿਹਾ ਲੱਗਾ ਮੈਪ। ਬਾਕੀ ਤੁਸੀਂ ਵੀ ਕਰ ਦਿਓ ਕਮੈਂਟ ਵੀ ਕਿਵੇਂ ਵਧੀਆ ਲੱਗਦਾ ਇਹ, ਜਾਂ ਉਸੇ ਮੈਪ 'ਤੇ ਚੱਲਣ ਦੀ ਇਹ ਕੋਈ ਚੱਕਰ ਨਹੀਂ ਹੈਗਾ। ਦੇਖੋ ਮੈਨੂੰ ਕੋਈ ਸੀਨ ਨਹੀਂ ਹੈਗਾ, ਮੈਨੂੰ ਤਾਂ ਜਿਹੜੇ ਮੈਪ 'ਚ ਕਹੋਗੇ ਮੈਂ ਤਾਂ ਵੀਡੀਓ ਬਣਾ ਦੂੰ, ਮੈਂ ਤਾਂ ਗੇਮ ਪਲੇ ਕਰਨਾ ਹੈ ਨਾ, ਗੱਲ ਆ ਵੀ ਤੁਹਾਡੇ ਦੇਖਣ ਦੀ। ਜੇ ਤੁਹਾਨੂੰ ਵਧੀਆ ਜਿਹੜੇ ਜੇ ਮੈਪ 'ਚ ਲੱਗੂਗੀ ਆਪਾਂ ਉਸ 'ਚ ਖੇਡਿਆ ਕਰਾਂਗੇ, ਕੋਈ ਚੱਕਰ ਨਹੀਂ। ਟਰੈਕਟਰ ਦਾ ਕਹਿੰਦੇ ਰੂਹ ਖੁਸ਼ ਹੁੰਦੀ ਹੈ ਚਲਾਉਣ ਲੱਗਿਆ, ਬਈ ਦੱਬਦਾ ਹੀ ਨਹੀਂ ਹੈਗਾ ਬੰਦਾ, ਹਾਲੇ 4x4 ਬੰਦ ਹੈ ਇਹਦਾ ਹਿਸਾਬ ਲਾਵਾਂ, ਜੇ ਆਉਂ ਹੋਵੇ ਤਾਂ ਕਿੱਡੀ ਜ਼ੋਰ ਮਾਵੇ, ਸਿਰਾ ਲੱਗਦਾ ਫਿਰ ਕੀ ਮੈਂ ਕੱਢਦੇ ਸੀ, ਨਿਊਟਰਲ ਕਰਦਾ ਸੀ ਟਰੈਕਟਰ ਮੈਂ। ਕਹਿੰਦੇ ਸਿਰਾ ਹੋਇਆ ਕਿ ਜਮਾ ਸਿਰਾ, ਲੈ ਮਿੱਤਰੋ ਰਹਿ ਤਾਂ 2 ਗੇੜਿਆਂ ਦਾ ਕੰਮ ਹੀ ਆ। ਬਾਕੀ ਕੋਈ ਨਾ ਇੱਥੇ ਆਪਾਂ ਟੇਲਰ ਦੀ ਵੀ ਸੀਨ ਸੀ ਕੱਢਾਂਗੇ ਯਾਰ, ਤਾਂ ਹੀ ਕੰਮ ਬਣੂ, ਬਿਨਾਂ ਟੇਲਰ ਦੀ ਸੀਨ ਕੱਢਿਆਂ ਦਾ ਰਹੀ ਗੱਲ ਬਣਨੀ ਨਾ। ਬਾਕੀ ਦੱਸੋ ਫਿਰ ਕਹਿੰਦੇ ਕਿਆ ਬਾਤ ਹੈ, ਟਰੈਕਟਰ ਓਕੇ ਰਿਪੋਰਟ ਹੈ। ਪਹਿਲੇ ਹਾਈ ਜੇ ਜਾਂਦਾ ਉਹ ਭੱਜਦਾ ਉਤਰਨ, ਤਾਂ ਮੋੜਨ ਵਾਸਤੇ ਸਲੋ ਕਰਨਾ ਪੈਂਦਾ, ਨਹੀਂ ਤਾਂ ਬਾਈ ਤੇਜ਼ ਦੇ ਤਾਂ ਤੁਹਾਨੂੰ ਦੇਖਿਆ ਹੀ ਅੱਗੇ, ਤੁਸੀਂ ਹੈਰੋ ਚੁੱਕ ਕੇ ਉਹ ਗਾਂਦਾ ਸੀ। ਮੈਂ ਵੀ ਇਹ ਲਾਸਟ ਗੇੜਾ ਹੈ ਅਤੇ ਬਾਈ HMT 6011 ਦੀ ਵੀ ਵੀਡੀਓ ਆਊਗੀ, ਠੀਕ ਹੈ। ਥੋੜ੍ਹਾ ਜਿਹਾ ਸੋਚ ਰਹੇ ਹਾਂ ਵੀ ਕਿੱਦਾਂ ਇੰਟਰੋਡਿਊਸ ਕਰੀਏ ਉਹਨੂੰ, ਥੋੜ੍ਹਾ ਜਿਹਾ ਵੇਟ ਮੇਰਾ ਵੀ ਰੁਸ ਪਏ ਬਾਈ, ਜ਼ਰੂਰ 6011 ਦੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ, ਠੀਕ ਹੈ।
ਕਿਉਂਕਿ ਕਈ ਵਾਰ ਨਹੀਂ ਟਾਈਮ ਮਿਲਦਾ ਬਈ, ਸਾਰੇ ਟਰੈਕਟਰ ਹੌਲੀ ਹੌਲੀ ਕੁਛ ਵਿੱਚ ਜਿਵੇਂ ਫ੍ਰੀ ਆਉਂਦੇ ਆ ਜਿਹੜੇ, ਉਹ ਵੀ ਤੁਹਾਨੂੰ ਦੱਸਣੇ ਹੁੰਦੇ ਆ, ਜਿਵੇਂ ਹੁਣ ਇਹ ਟਰੈਕਟਰ ਦਾ ਲਿੰਕ ਆ ਗਿਆ, ਮੈਂ ਤਾਂ ਇਹਨੂੰ ਅੱਜ ਵੀਡੀਓ 'ਚ ਲੈ ਕੇ ਆਇਆ ਵੀ ਪਤਾ ਲੱਗੇ ਵੀ ਇਹ ਟਰੈਕਟਰ ਦਾ ਡਾਊਨਲੋਡ ਤੁਸੀਂ ਕਰ ਸਕਦੇ ਹੋ। ਠੀਕ ਹੈ, ਮੈਂ ਮਿੱਤਰੋ ਇਹਦੇ ਹੈਰੋ ਵੀ ਫੇਰ ਦੀ ਮਿੱਤਰੋ ਐਰੋ ਨੂੰ ਲਾ ਦਈਏ ਪੈੜੀ ਸੀ, ਕੋਈ ਗੱਲ ਨਹੀਂ। ਤੇ ਬਾਕੀ ਆਹ ਆ ਟਰੈਕਟਰ, ਠੀਕ ਹੈ, ਤੁਸੀਂ ਦੇਖ ਸਕਦੇ ਹੋ, ਚੈੱਕ ਕਰੋ, ਹੁਣੇ ਆਪਾਂ ਚਲਾਇਆ ਵੀ ਹੈ। ਅਤੇ ਬਈ ਇਹ ਟਰੈਕਟਰ ਦਾ ਹੀ ਲਿੰਕ ਆ ਰਿਹਾ, ਠੀਕ ਹੈ, ਆ ਚੁੱਕਿਆ, ਯਾਨੀ ਕਿ ਡਿਸਕ੍ਰਿਪਸ਼ਨ 'ਚ ਧਾਲੀਵਾਲ ਬਾਈ ਦੇ ਚੈਨਲ ਦਾ ਲਿੰਕ ਹੈ, ਉੱਤੇ ਜਾਓ, ਵੀਡੀਓ ਦੇਖੋ, ਟਰੈਕਟਰ ਡਾਊਨਲੋਡ ਕਰੋ, ਖੇਡੋ। ਠੀਕ ਹੈ, ਬਾਕੀ ਠੀਕ ਹੈ ਮਿੱਤਰੋ, ਅੱਜ ਦੀ ਵੀਡੀਓ 'ਚ ਇੰਨੇ ਸੀ। ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਚੈਨਲ ਨੂੰ ਕਰਿਓ ਸਪੋਰਟ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ।